ਉੱਥੇ ਡਿਬੇਟ ਕਾਦੀ ਆ ਮੈਂ ਪੁੱਛਣਾ ਚਾਹੁੰਦਾ ਕਿੰਨਾ ਲੋਕਾਂ ਨਾਲ ਇੱਕ ਪਾਸੇ ਤੁਸੀਂ ਐਡ ਕਰ ਰਹੇ ਹੋ ਕਿ ਪੰਜਾਬ ਨੂੰ ਸਾਰੇ ਨੂੰ ਸੱਦਾ ਦਿੱਤਾ ਜਾਂਦਾ ਤੇ ਮੇਰੇ ਕੋਲ ਪਾਕਿਸਤਾਨੀ ਪਾਸਪੋਰਟ ਥੋੜੀ ਆ ਮੈਂ ਪੰਜਾਬੀ ਆ ਪੰਜਾਬ ਦਾ ਪੁੱਤ ਆ ਅੰਮ੍ਰਿਤਸਰ ਸ਼ਹਿਰ ਤੋਂ ਚੱਲ ਕੇ ਆਇਆ ਤੇ ਫਿਰ ਇੱਥੇ ਅੰਦਰ ਕਿਉਂ ਨਹੀਂ ਫਿਰ ਕਿਹੜੇ ਪੰਜਾਬੀਆਂ ਨੂੰ ਤੁਸੀਂ ਸੱਦਾ ਦਿੱਤਾ ਫਿਰ ਤੁਹਾਨੂੰ ਸੱਦਾ ਇਹ ਦੇਣਾ ਚਾਹੀਦਾ ਸੀਗਾ ਕਿ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਵਾਲੇ ਅੰਦਰ ਆਉਣਗੇ ਤੇ ਜਾਂ ਜਿਹੜੇ ਸਾਡੇ ਖੋਤੇ ਘੋੜੇ ਜਿਹੜੇ ਸਾਡੇ ਦਲਾਲ ਨੇ ਸਾਡੇ ਹੱਕ 'ਚ ਨਾਰੇ ਮਾਰਨ ਵਾਲੇ ਉਹ ਅੰਦਰ ਆਉਣਗੇ ਕਿਸੇ ਹੋਰ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਊਗਾ ਚੰਨੀ ਸਾਹਿਬ ਨੂੰ ਐਂਟਰ ਨਹੀਂ ਕਰਨ ਦਿੱਤਾ ਕਿਸੇ ਨੂੰ ਐਂਟਰ ਨਹੀਂ ਕਰਨ ਦਿੱਤਾ ਸਾਰਿਆਂ ਨੇ ਬਹਾਨੇ ਬਣਾਏ ਨੇ ਜਾਖੜ ਸਾਹਿਬ ਨੇ ਕਹਿ ਦਿੱਤਾ ਮੈਂ ਤਿੰਨਾਂ ਬੰਦਿਆਂ ਦਾ ਪੈਨਲ ਭੇਜੂਗਾ ਅਬੋਰ 'ਚ ਬਹਿਸ ਕਰ ਲਓ ਬਾਜਵਾ ਸਾਹਿਬ ਨੇ ਕਹਿ ਦਿੱਤਾ ਜੱਜ ਇੱਥੇ ਆਊਗਾ ਫਿਰ ਮੈਂ ਬਹਿਸ ਕਰੂੰਗਾ ਬਾਦਲ ਕਹਿੰਦੇ ਨੇ ਕੇਜਰੀਵਾਲ ਨਾਲ ਬਹਿਸ ਕਰਨੀ ਹੈ ਹਰ ਬੰਦੇ ਨੇ ਬਹਾਨਾ ਬਣਾਇਆ ਸਭ ਨੂੰ ਅੰਦਰੇ ਅੰਦਰ ਪਤਾ ਵੀ ਅਸੀਂ ਕਾਣੇ ਆ ਅਸੀਂ ਪੰਜਾਬ ਦੇ ਦੋਖੀ ਆ ਅਸੀਂ ਪੰਜਾਬ ਦੇ ਚੋਰ ਆ ਰਾਜਾ ਵੜਿੰਗ ਕਹਿ ਰਿਹਾ ਮੈਂ ਸ਼ਰਤਾਂ ਦੇ ਉੱਤੇ ਬਹਿਸ ਕਰੂੰਗਾ ਹਾਂ ਚੱਲੋ ਨਾ ਸੱਦਾ ਯਾਰ ਤੁਹਾਨੂੰ ਤੇ ਸੱਦਾ ਆਇਆ ਤੁਸੀਂ ਪਾਰਟੀਆਂ ਦੇ ਪ੍ਰਧਾਨ ਹੋ ਅੰਦਰ ਜਾ ਕੇ ਉਹਦੇ ਨਾਲ ਗੱਲ ਕਰਦੇ ਆ ਭੱਜੇ ਕਿਉਂ ਤੁਸੀਂ ਰਲ ਮਿਲ ਕੇ ਪੰਜਾਬ ਨੂੰ ਲੁੱਟਿਆ ਜਿਹੜਾ ਬੰਦਾ ਸੱਤਾ 'ਚ ਆਉਂਦਾ ਉਹ ਚੋਰ ਬਣ ਜਾਂਦਾ ਜਿਹੜਾ ਸੱਤਾ ਛੱਡ ਕੇ ਬਾਹਰ ਜਾਂਦਾ ਉਹ ਸਾਧ ਬਣ ਜਾਂਦਾ ਉਹ ਦੂਜਿਆਂ ਕੋਲ ਸਵਾਲ ਪੁੱਛਣੇ ਸ਼ੁਰੂ ਕਰ ਦਿੰਦਾ ਅੱਜ ਪੰਜਾਬ ਦਾ ਘਾਣ ਕਿਹਨੇ ਕੀਤਾ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਦਾ ਕਿੰਨਾ ਬੱਚਾ ਸਾਡਾ ਜਿਹੜਾ ਇੰਪੋਰਟ ਹੋ ਗਿਆ ਜਿਹੜਾ ਸਾਰਾ ਬਾਹਰ ਚਲ ਗਿਆ ਐਕਸਪੋਰਟ ਹੋ ਗਿਆ ਤੁਮ ਹੀ ਮੁਨਸਿਫ ਮੁਝੇ ਯਕੀਨ ਹੈ ਕਸੂਰ ਮੇਰਾ ਹੀ ਨਿਕਲੇਗਾ ਆਪੇ ਹੀ ਤੁਸੀਂ ਜੱਜ ਬਣੇ ਹੋ ਅੰਦਰ ਜਾਣ ਕਿਹਨੂੰ ਦੇ ਰਹੇ ਹੋ ਪਾਸ ਮੈਂ ਉੱਥੇ ਪਿਛਲੇ ਗੇਟ ਤੇ ਰੁਕਿਆ ਉੱਥੇ ਲਿਸਟ ਬਣੀ ਹੈ ਮੇਰੇ ਅੱਗੇ ਇੱਕ MLA ਜਾਂਦੇ ਨੇ ਤੁਸੀਂ ਚੱਲੋ ਤੁਸੀਂ ਕਿਹਦੇ ਨਾਲ ਬਹਿਸ ਲਈ ਸੱਦਾ ਕਦ ਲਈ ਦਿੱਤਾ ਤੁਸੀਂ ਲੋਕਾਂ ਨੂੰ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਮੈਂ ਤੈਨੂੰ ਫਿਰ ਕਹਿੰਦਾ ਕਿ ਮੈਂ ਬਹਿਸ ਨਹੀਂ ਕਰਨ ਆਇਆ ਜਿਹੜੀਆਂ ਕਮੀਆਂ ਨੇ ਸਰਕਾਰ ਦੀਆਂ ਇਹ ਪੁਲਿਸ ਦੇ ਕੰਮ ਨੇ ਖੇਡਾਂ ਕਰਾਉਣੀਆਂ ਗੈਂਗਸਟਰ ਫੋਨ ਕਰਦੇ ਨੇ ਲੋਕਾਂ ਕੋਲੋਂ ਲੋਕ ਚੁੱਪ ਚਪੀਤੇ ਪੈਸੇ ਦਿੰਦੇ ਨੇ ਉਹਨਾਂ ਨੂੰ ਤੇ ਪੁਲਿਸ ਆਪਣੀਆਂ ਰੈਲੀਆਂ ਕਰਾਉਣ 'ਚ ਤੇ CM ਖੁਸ਼ ਪਤਾ ਕਿੱਥੇ ਹੋ ਰਿਹਾ ਕਮਿਸ਼ਨਰ ਬੰਦੇ ਇਕੱਠੇ ਕਰਦਾ 10,000 ਬੰਦਾ 20,000 ਬੰਦਾ ਇਹ ਪੁਲਿਸ ਦੇ ਕੰਮ ਨੇ ਇਹ ਸਪੋਰਟਸ ਡਿਪਾਰਟਮੈਂਟ ਦੇ ਕੰਮ ਨੇ ਇਹ ਪੁਲਿਸ ਦੇ ਕੰਮ ਨਹੀਂ ਹੈਗੇ ਇਹਨਾਂ ਚੀਜ਼ਾਂ ਦੇ ਉੱਤੋਂ ਇਹਨਾਂ ਨੂੰ ਕਿਨਾਰਾ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰਨਾ ਚਾਹੀਦਾ ਜਿਹੜੇ ਪੁਲਿਸ ਦੇ ਕੰਮ ਨੇ ਪੁਲਿਸ ਨੂੰ ਉਹ ਕੰਮ ਕਰਨੇ ਚਾਹੀਦੇ ਨੇ ਕੱਲਾ ਕੱਲਾ ਵਪਾਰੀ ਸਹਿਮ ਚ ਅੱਜ ਮੈਂ CM ਸਾਹਿਬ ਨੂੰ ਚੈਲੰਜ ਨਾ ਕਹਿੰਦਾ ਤੁਹਾਡੇ ਸਾਰੇ ਸ਼ਹਿਰਾਂ ਦੇ ਵਿੱਚ ਸਨਅਤ ਮਿਲਣੀ ਹੋਈ ਉਹਦੇ ਵਿੱਚ ਬੰਦੇ ਬੋਲ ਰਹੇ ਸੀਗੇ ਮੈਂ 2,000 ਕਰੋੜ ਰੁਪਈਆ ਲਾਉਣਾ ਮੈਂ 3,000 ਕਰੋੜ ਰੁਪਈਆ ਲਾਉਣਾ ਤੇ ਉਹ ਬੰਦੇ ਫੜੇ ਪਤਾ ਕਿੱਥੇ ਗਏ ਅੰਮ੍ਰਿਤਸਰ ਦੇ ਵਿੱਚ ਜੂਆ ਖੇਡਦੇ ਤੇ CM ਸਾਹਿਬ ਫੇਸਬੁੱਕ ਦੇ ਉੱਤੇ ਉਹਨਾਂ ਦੀਆਂ ਐਡ ਚਲਾ ਰਹੇ ਨੇ ਕਿ ਇਹ ਬੰਦੇ ਇਨਵੈਸਟ ਕਰਨਗੇ CM ਦੇ ਪੇਜ ਦੇ ਉੱਤੇ ਐਡ ਚੱਲਣੀ ਮਤਲਬ ਤੁਸੀਂ ਉਹਨੂੰ ਅਥੈਂਟਿਕ ਕਰ ਰਹੇ ਹੋ ਵਿਖਾਓ ਅੱਜ 2,000 ਕਰੋੜ ਦੀ ਇੰਡਸਟਰੀ ਆਈ ਆ ਪੰਜਾਬ ਦੇ ਵਿੱਚ ਕੱਲਾ ਕੱਲਾ ਵਪਾਰੀ ਤੁਹਾਡੇ MLA ਕੋਲੋਂ ਪਰੇਸ਼ਾਨ ਹੈ ਤੁਹਾਡੇ MLA ਦੇ ਨਾਲ ਗੈਂਗਸਟਰਾਂ ਕੋਲ ਪਰੇਸ਼ਾਨ ਹੋ ਗਿਆ ਤੁਹਾਨੂੰ ਇਹ ਯਕੀਨ ਨਹੀਂ ਆਊਗਾ ਕਿ ਲੋਕਾਂ ਨੂੰ ਬਲਕ 'ਚ ਫੋਨ ਆਉਂਦੇ ਨੇ ਜਿੰਨੇ ਤੁਹਾਡੇ ਮਾਈਕ ਨੇ ਨਾ ਮਤਲਬ 100 ਦੇ ਕਰੀਬ ਫੋਨ ਆਉਂਦਾ ਕਿਸੇ ਕੋਲੋਂ 5 ਲੱਖ ਕਿਸੇ ਕੋਲੋਂ 10 ਲੱਖ ਕਿਸੇ ਕੋਲੋਂ 15 ਲੱਖ ਔਰ 100 ਦੇ ਵਿੱਚੋਂ 20-25 ਬੰਦੇ ਪੈਸੇ ਚੁੱਪ ਚਪੀਤੇ ਦੇ ਆਉਂਦੇ ਨੇ ਪੁਲਿਸ ਦਲਾਲੀਆਂ ਕਰ ਰਹੀ ਹੈ ਕਿ ਇਹਨੇ ਤੇਰੇ ਕੋਲ 20 ਲੱਖ ਮੰਗਿਆ 10 ਲੱਖ ਲੈ ਲਾ 10 ਲੱਖ ਦੇ ਦੇ 15 ਲੱਖ ਦੇ ਦੇ ਆਹ ਹਾਲਾਤ ਪੰਜਾਬ ਦੇ ਬਣੇ ਨੇ ਮੈਂ ਸਾਰੀ ਪੁਲਿਸ ਨੂੰ ਕਹਿੰਦਾ ਕਿ ਤੁਸੀਂ ਸਾਨੂੰ ਰੋਕ ਰਹੇ ਹੋ ਕੋਈ ਦਿੱਕਤ ਨਹੀਂ ਮੈਂ ਇੱਜ਼ਤ ਕਰਦਾ CM ਦੀ ਮੈਂ ਤੁਹਾਡੀ ਤੁਹਾਨੂੰ ਵੀ ਕਹਿਣਾ ਚਾਹੁੰਦਾ ਤੁਹਾਡੀ ਮਜਬੂਰੀ ਹੈ ਲੱਖੇ ਸਧਾਣੇ ਨੂੰ ਫੜਨ ਦਾ ਟਾਈਮ ਹੈ ਮੇਰੀ ਵਿਚਾਰਧਾਰਕ ਮਤਭੇਦ ਸਾਰਿਆਂ ਨਾਲ ਹੋ ਸਕਦੇ ਆ ਲੱਖੇ ਵਧਾਣੇ ਸਧਾਣੇ ਨੂੰ ਫੜਨ ਦਾ ਟਾਈਮ ਪੁਲਿਸ ਕੋਲ ਹੈਗਾ ਬੰਟੀ ਰਮਾਣੇ ਨੂੰ ਇੱਕ ਵੀਡੀਓ ਤੇ ਫੜਨ ਦਾ ਟਾਈਮ ਪੁਲਿਸ ਕੋਲ ਹੈਗਾ ਗੈਂਗਸਟਰਾਂ ਨੂੰ ਫੜਨ ਦਾ ਪੁਲਿਸ ਕੋਲ ਟਾਈਮ ਨਹੀਂ ਉਹ ਇੰਟਰਵਿਊਜ਼ ਕਰ ਰਹੇ ਨੇ ਜੇਲ੍ਹਾਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਤੁਸੀਂ ਭੌਲ ਸਿਰਜ ਦਿੱਤਾ ਯਾਰ ਕੀ ਪੰਜਾਬ ਨੂੰ ਬਣਾਉਣਾ ਚਾਹੁੰਦੇ ਹੋ ਰੋਜ਼ ਪੰਜਾਬ 'ਚ ਕਤਲ ਹੋ ਰਿਹਾ ਕੋਈ ਦਿਨ ਤੁਹਾਨੂੰ ਸੋਸ਼ਲ ਮੀਡੀਆ ਤੇ ਨਜ਼ਰ ਆਉਂਦਾ ਕਿ ਪੰਜਾਬ 'ਚ 2 ਕਤਲ ਨਹੀਂ ਹੋਏ ਪੰਜਾਬ 'ਚ 3 ਕਤਲ ਨਹੀਂ ਹੋਏ ਫਿਰ ਕਿਸ ਚੀਜ਼ ਦੀ ਤੁਸੀਂ ਬਹਿਸ ਰੱਖੀ ਹਾਂ ਮੈਂ ਤੈਨੂੰ SYL ਤੇ ਕਹਿੰਦਾ ਨਹੀਂ ਤੇਰਾ ਕਸੂਰ ਯਾਰ ਮੇਰੇ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਪਰ ਬਾਕੀ ਮੁੱਦਿਆਂ ਦੇ ਉੱਤੇ ਤੇ ਪੰਜਾਬ ਨੂੰ ਜਵਾਬ ਦਿਓ ਨਾ ਬਾਕੀ ਮੁੱਦਿਆਂ ਦੇ ਉੱਤੇ ਤੇ ਪੰਜਾਬ ਦੀ ਤਸੱਲੀ ਕਰਾਓ 50-50 ਹਜ਼ਾਰ ਕਰੋੜ ਰੁਪਈਆ ਕਰਜ਼ਾ ਲੈ ਰਹੇ ਹੋ ਸਾਲ ਦਾ 50-50 ਹਜ਼ਾਰ ਕਰੋੜ ਰੁਪਈਆ ਬਾਹਰ ਇਨਵੈਸਟ ਹੋ ਰਿਹਾ ਸਾਡਾ ਫੋਰਨ ਦੇ ਵਿੱਚ ਤੇ ਪੰਜਾਬ ਦਾ ਭਾਰ ਜਿਹੜਾ ਲੱਗ ਗਿਆ ਉਹ ਚੱਲ ਲੂਗਾ 1 ਲੱਖ ਮਤਲਬ ਕਰ ਪਹੁੰਚ ਮੈਂ ਫਿਰ ਕਹਿੰਦਾ ਤੁਹਾਨੂੰ ਕਿ ਆਪੋਜੀਸ਼ਨ ਦਾ ਕੋਈ ਲੀਡਰ ਨਹੀਂ ਪਹੁੰਚੂਗਾ ਸਾਰੇ ਬਹਾਨੇ ਬਣਾ ਰਹੇ ਆ ਬਾਦਲਾਂ ਆਪ 1,000 ਕਰੋੜ ਦੀ ਜਗ੍ਹਾ ਲਈ ਨਹਿਰ ਦੇ ਬਦਲੇ ਹੈ ਅੱਜ ਜਾਖੜ ਸਾਹਿਬ ਕਾਂਗਰਸੀ ਸੀਗੇ ਪ੍ਰਤਾਪ ਬਾਜਵਾ ਕਾਂਗਰਸੀ ਸੀਗੇ ਰਾਜਾ ਵੜਿੰਗ ਕਾਂਗਰਸੀ ਹੈ ਉਹਨਾਂ ਨੇ ਨੀਂਹ ਰੱਖੀ ਨਹਿਰ ਦੀ ਇੰਦਰਾ ਗਾਂਧੀ ਨੇ 8 ਅਪ੍ਰੈਲ 1982 ਨੂੰ ਇਹ ਲੋਕ ਬਹਿਸ ਕਰਨਗੇ ਯਾਰ ਇੱਥੇ ਬਹਿਸ ਕਰਨੀ ਕਿੰਨੇ ਆ ਅੱਜ ਚੰਨੀ ਸਾਹਿਬ ਇੱਥੇ 3 ਮਹੀਨਿਆਂ 'ਚ ਉਹ ਹਨੇਰੀ ਲਿਆਤੀ ਉਹਨਾਂ ਪੰਜਾਬ ਦੀ ਕਿਤੇ ਰੇਤਾ ਦੇ ਵਿੱਚ ਕਿਤੇ ਗੋਆ ਦੇ ਵਿੱਚ ਉਹਨਾਂ ਨੂੰ ਪਤਾ ਇਹਨਾਂ ਘੇਰ ਲੈਣਾ ਇੱਕ ਚੀਜ਼ ਮੰਨ ਕੇ ਚੱਲੋ ਇਹਦੇ ਤੋਂ ਡਰਦੇ ਨੇ ਉਹ ਇਹ ਸਟੈਂਡ ਅਪ ਕਮੇਡੀਅਨ ਹੈ ਇਹਨੇ ਉਹਨਾਂ ਦਾ ਜਲੂਸ ਕੱਢ ਦੇਣਾ ਸੀਗਾ ਉਹ ਤਾਂ ਨਹੀਂ ਆਏ ਮੈਂ ਕਹਿੰਦਾ ਆਓ ਮੇਰੀ ਤੁਸੀਂ ਬੇਇੱਜ਼ਤੀ ਕਰੋ ਮੈਨੂੰ ਤੁਸੀਂ ਡਾਂਗਾ ਮਾਰੋ ਮੈਨੂੰ ਤੁਸੀਂ ਜੋ ਮਰਜ਼ੀ ਕਰੋ ਪਰ ਮੁੱਦਿਆਂ ਦੇ ਉੱਤੇ ਆ ਮੈਂ ਲਿਸਟ ਲੈ ਕੇ ਆਇਆ ਸਾਰੀ ਤੁਸੀਂ ਜਵਾਬ ਤੇ ਦਿਓ ਨਾ ਸਾਨੂੰ ਸਾਰੀਆਂ ਚੀਜ਼ਾਂ ਦੇ ਆ ਸਾਰੀ ਡਿਟੇਲ ਮੈਂ ਲੈ ਕੇ ਆਇਆ ਕਿ ਪੰਜਾਬ ਦਾ ਕਿੰਨਾ ਪੈਸਾ ਤਬਾਹ ਹੋ ਰਿਹਾ ਕੀ ਆ
कौन साहब एक दूजे का करूंगा। कहते हैं ना लहजे में बदजबानी और चेहरे पे नकाब लिए फिरते हैं, जिनके खुद के बही खाते बिगड़े हैं वो दूसरों का हिसाब लिए फिरते हैं। तो एक एक एमएलए अत मचाउन डिया यार, तुसी किसे एमएलए दी अज तो जो इलेक्शन नहीं सी हुई 2022 फरवरी तो पहला ओदी पेंट शर्ट च फोटो देख लो ते होण वाली पेंट शर्ट च ओदी फर्क वेख लो 117 दा ही, ते जे ओदे विच जमीन आसमान दा फर्क ना आ गया होवे ते मैनूं नीवें थां बा लिओ। तुहानूं नहीं दिस रिहा वी पंजाब लुट्टिया जा रिहा? मैं ते इक चीज ओदे ते बार बार बोली है ना जी, आप ही जज ने, आप ही वकील ने, आप ही मुद्दई ने, आप ही पुलिस बन के बैठे ने कि तुम ही मुद्दई, तुम्हारा शहर तुम ही मुद्दई, तुम ही मुनसिफ। मुझे यकीन है कि कसूर मेरा ही निकलेगा। बहस करके ना रहे हो थले तुहाडे ही खोते घोड़े बैठे ने, तुहाडे हक च नारे मारन वाले दूजे लोग भी जेडे डिबेट च नहीं आए। मैं उन्होंने जरूर कहना चाहता सीगा तुसी पंजाब दे हो, आपां गल्लां ते करदे पंजाब लई गोलियां खा लांगे, पंजाब लई डांगा खा लांगे, ते जे फिर एडे मतलब तुसी मर्द सीगे ते इत्थे आउंदे वध तों वध तुहाडी बेइज्जती करदे ना। भगवंत मान कमेडियन रहे ने, तुहानूं बेइज्जती तों डर आउंदा सी, गल्लां फड़ियां जाणियां, तुहाडे मीम्स बन जाणे ने, इन्हां चीजां तों चालू हो जांदे हो फेसबुक ते कमेंटां तों ते मीम्स तों ते गल्लां पंजाब च आउण दीआं करदे हो यार तुसी। कल तक कह रहे सीगे कि आउंगे, चरणजीत सिंह चन्नी दा सीगा प्लान, सुनील जाखड़ दा सीगा, पर अज लग रिहा जिस दिन यह डिबेट की नींह रखी गई सी, मैं उस दिन ही कह दिता सीगा कि किसी ने भी डिबेट च नहीं आना, यह चोर ने SYL दे। मैं दूजी चीज ये तुहानू बार बार कहनी चाहना, जे तुसी नवें भी आ गए, थोड़ी देर पहला भी यह बाइट मैं दिती है कि जे बंदिया ने जिन्होंने जवाब बनाया जिहड़ा इहदे कहिंदे कि SYL का जवाब गलत बनिया, टोटल तुहाडे आल सैक्रटरी सारे बाहरले सूबिया दे ने, ਉਹ ਉਹਨਾਂ ਸੂਬਿਆਂ ਨਾਲ ਰਿਲੇਟਡ ਨੇ ਜਿਨ੍ਹਾਂ ਨਾਲ ਸਾਡਾ ਪਾਣੀਆਂ ਦਾ ਝਗੜਾ, ਤੇ ਤੁਹਾਡੇ ਹੱਕ 'ਚ ਜਵਾਬ ਕਿਸ ਤਰ੍ਹਾਂ ਬਣਾਉਣਗੇ? ਮਤਲਬ ਸੀਐਮ ਸਾਹਿਬ ਨੂੰ ਇੰਨੀ ਨੌਲੇਜ, ਇੰਨੀ ਅਕਲ ਹੈਗੀ ਆ? ਮੈਨੂੰ ਵੀ ਨਹੀਂ ਹੋ ਸਕਦੀ, ਤੁਹਾਨੂੰ ਵੀ ਨਹੀਂ ਹੋ ਸਕਦੀ ਕਿ ਜਿਹੜੇ ਡਿਪਾਰਟਮੈਂਟਲ ਫੀਲਡ ਦੇ ਕੰਮ ਨੇ ਉਹ ਡਿਪਾਰਟਮੈਂਟ ਦੇ ਬੰਦਿਆਂ ਨੇ ਹੀ ਕਰਨੇ ਨੇ। ਸੋ ਜਵਾਬ ਤੇ ਉਹਨਾਂ ਦੇ ਹੱਕ 'ਚ ਜਾਣੇ ਨੇ। ਪੰਜਾਬ ਦੇ ਉੱਤੇ ਪੂਰੀ ਤਰ੍ਹਾਂ ਇੱਕ ਕਬਜ਼ਾ ਹੈ, ਇਹ ਜਿਹੜੀ ਕੇਂਦਰ ਹੈ ਨਾ ਉਹ ਪੂਰੀ ਤਰ੍ਹਾਂ ਪੰਜਾਬ ਨੂੰ ਚਲਾਉਂਦੀ ਹੈ। ਸਿਰਫ ਸੀਐਮ ਨਾਂ ਦਾ ਹੁੰਦਾ, ਜਿੰਨੇ ਆਲ ਸੈਕਟਰੀ DGP ਜੋ ਅਫਸਰ ਨੇ ਉਹ ਸਾਰੇ ਕੇਂਦਰ ਦੇ ਇਸ਼ਾਰੇ ਤੇ ਕੰਮ ਕਰਦੇ ਨੇ। ਔਰ ਅੱਜ ਪੰਜਾਬ ਤਬਾਹ ਹੋ ਰਿਹਾ, ਇਹਨੂੰ ਲੜ ਕੇ, ਇਹਨੂੰ ਘੁਲ ਕੇ, ਇਹ ਸਾਰਿਆਂ ਨੂੰ ਇੱਕ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਵਾਂ ਜੀ, ਡੇਲੀ ਪੰਜਾਬ ਬੰਦ ਕੀਤਾ ਜਾਂਦਾ, ਇੱਕ ਸਾਜਿਸ਼ ਦਾ ਹਿੱਸਾ, ਇੱਥੇ ਵਪਾਰੀ ਨਹੀਂ ਆ ਰਿਹਾ, ਇੱਥੇ ਟੂਰਿਸਟ ਨਹੀਂ ਆ ਰਿਹਾ, SYL ਦੇ ਉੱਤੇ ਤੇ ਦੂਰ। ਤੁਸੀਂ ਸਾਰੇ ਜਾਣੇ ਇੱਕ ਚੀਜ਼ ਦੇ ਉੱਤੇ ਸਹਿਮਤ ਹੋ ਜਾਓਗੇ, ਮੁੱਦੇ ਆਪਣੀ ਜਗ੍ਹਾ, ਅਸੀਂ ਪੰਜਾਬ ਬੰਦ ਨਹੀਂ ਕਰਨਾ, ਅਸੀਂ ਕੋਈ ਰੋਡ ਬੰਦ ਨਹੀਂ ਕਰਨੀ, ਅਜੇ ਤੱਕ ਤੇ ਆਪਾਂ ਉਹਨਾਂ ਚੀਜ਼ਾਂ ਦੇ ਉੱਤੇ ਇਕੱਠੇ ਨਹੀਂ ਹੋ ਸਕਦੇ। ਕਿਹੜੀ ਅੰਦਰ ਜਾ ਰਹੇ ਹੋ? ਮੈਨੂੰ ਜਾਣ ਹੀ ਨਹੀਂ ਦੇਣਗੇ ਜੀ, ਆ ਤੁਹਾਡੇ ਸਾਹਮਣੇ ਹੀ ਆਓ, ਆਪਾਂ ਫੇਰ ਟਰਾਈ ਕਰ ਲੈਂਦੇ ਹਾਂ ਜੀ। ਮੈਂ ਕਿਹਾ ਜਿੱਥੇ ਤੇਰੇ ਅਫਸਰ ਰੋਕਣਗੇ ਰੁਕ ਜਿਹੜਾ ਉਹਨੂੰ ਛੱਡ ਦੇ, ਤਸਵੀਰਾਂ ਤੁਸੀਂ ਦੇਖ ਰਹੇ ਹੋ, ਮਨਦੀਪ ਮੰਨਾ ਨੂੰ ਰੋਕਿਆ ਜਾ ਰਿਹਾ ਹੈ, ਰੋਕਿਆ ਜਾ ਰਿਹਾ ਹੈ। ਫਿਰ ਡਿਬੇਟ ਕਾਹਦੀ ਹੈ ਮੈਂ ਪੁੱਛਣਾ ਚਾਹੁੰਦਾ, ਕਿੰਨਾ ਲੋਕਾਂ ਦਾ? ਇੱਕ ਪਾਸੇ ਤੁਸੀਂ ਐਡ ਕਰ ਰਹੇ ਹੋ ਕਿ ਪੰਜਾਬ ਨੂੰ ਸਾਰੇ ਨੂੰ ਸੱਦਾ ਦਿੱਤਾ ਜਾਂਦਾ, ਤੇ ਮੇਰੇ ਕੋਲ ਪਾਕਿਸਤਾਨੀ ਪਾਸਪੋਰਟ ਥੋੜੀ ਹੈ, ਮੈਂ ਪੰਜਾਬੀ ਹਾਂ, ਪੰਜਾਬ ਦਾ ਪੁੱਤ ਹਾਂ, ਅੰਮ੍ਰਿਤਸਰ ਸ਼ਹਿਰ ਤੋਂ ਚੱਲ ਕੇ ਆਇਆ, ਤੇ ਫਿਰ ਇੱਥੇ ਅੰਦਰ ਕਿਉਂ ਨਹੀਂ ਫਿਰ ਕਿਹੜੇ ਪੰਜਾਬੀਆਂ ਨੂੰ ਤੁਸੀਂ ਸੱਦਾ ਦਿੱਤਾ? ਫਿਰ ਤੁਹਾਨੂੰ ਸੱਦਾ ਇਹ ਦੇਣਾ ਚਾਹੀਦਾ ਸੀਗਾ ਕਿ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਵਾਲੇ ਅੰਦਰ ਆਉਣਗੇ, ਤੇ ਜਾਂ ਜਿਹੜੇ ਸਾਡੇ ਖੋਤੇ ਘੋੜੇ, ਜਿਹੜੇ ਸਾਡੇ ਦਲਾਲ ਨੇ ਸਾਡੇ ਹੱਕ 'ਚ ਨਾਰੇ ਮਾਰਨ ਵਾਲੇ, ਉਹ ਅੰਦਰ ਆਉਣਗੇ, ਕਿਸੇ ਹੋਰ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਊਗਾ। ਮੈਂ ਤੁਹਾਡੇ ਸਾਹਮਣੇ ਆ ਜੀ, ਇਹਨਾਂ ਨੂੰ ਪੁੱਛੋ ਕੋਈ ਅੰਦਰ ਜਾਣ ਦੇਣ ਡਿਆ? ਮਤਲਬ ਟੈਕਸਪੇਅਰਸ ਦੀ ਜਿਹੜੀ ਮਿਹਨਤ ਦੀ ਕਮਾਈ ਹੈ ਇਹ ਉਹਨੂੰ ਵਿਅਰਥ ਨਹੀਂ ਕਰ ਰਹੇ, ਉਹ ਖਰਾਬ ਨਹੀਂ, ਬਰਬਾਦੀ ਲੱਗਾ? ਤੁਸੀਂ ਦੇਖੋ ਆ ਕਿੰਨੀ ਪੁਲਿਸ ਲੱਗੀ ਆ, ਘੱਟੋ ਘੱਟ 60-60 ਹਜ਼ਾਰ ਰੁਪਇਆ ਇੱਕ ਇੱਕ ਮੁਲਾਜ਼ਮ ਦੀ ਤਨਖਾਹ ਹੋਊਗੀ, ਤੁਸੀਂ ਕਰੋੜਾਂ ਰੁਪਇਆ ਇੱਕ ਫੇਕ ਡਿਬੇਟ ਦੇ ਉੱਤੇ ਖਰਚ ਕਰ ਦਿੱਤਾ। ਮੈਂ ਫਿਰ ਕਹਿੰਦਾ, ਮੈਂ ਤੇ ਇਹਨਾਂ ਨੂੰ ਵੀ ਕਹਿੰਦਾ ਕਿ ਉਹਨੂੰ ਦੱਸੋ ਮੇਰੇ ਵੱਲੋਂ, ਮੈਂ ਬਹਿਸ ਕਰਨ ਨਹੀਂ ਆਇਆ, ਮੈਂ ਅੰਦਰ ਜਾ ਕੇ ਤੇਰੇ ਨਾਰੇ ਮਾਰੂੰਗਾ ਭਗਵੰਤ ਮਾਨ ਜਿੰਦਾਬਾਦ, ਪਰ ਇਹਨਾਂ ਚੀਜ਼ਾਂ ਤੇ ਜਵਾਬ ਤੇ ਦੇਣਾ ਯਾਰ। ਪੰਜਾਬ ਦੇ ਪੱਲੇ ਕੀ ਹੈ? ਬੱਚੇ ਜੇ ਜਿਸ ਕਿਸ ਕੋਲ 25 ਲੱਖ ਰੁਪਇਆ ਹੈਗਾ ਉਹ ਬਾਹਰ ਨਿਕਲ ਜਾਂਦਾ, ਜਿਹਦੇ ਕੋਲ 25 ਲੱਖ ਰੁਪਇਆ ਨਹੀਂ ਹੈਗਾ ਉਹ ਨਸ਼ਾ ਕਰਨ ਲੱਗ ਪੈਂਦਾ। ਪੰਜਾਬ ਬਚਾਉਣਾ ਕਿਸ ਤਰ੍ਹਾਂ?